ਤੁਸੀਂ ਕਿਵੇਂ ਯੂਪੀ ਤੋਂ ਪੰਜਾਬ? ਇੱਥੇ ਜੀ ਉੱਥੇ ਜਿਹੜਾ ਮਾਹੌਲ ਆ ਉੱਥੋਂ ਹੋਰ ਕੁਛ ਆ, ਇੱਥੇ ਮਾਹੌਲ ਕੁਛ ਹੋਰ ਆ। ਇੱਥੇ ਮਿਲਦੀ ਹੈ ਜੀ ਸਿੱਖਿਆ, ਉੱਥੇ ਲੁਟੇਰੇ ਬੈਠੇ ਆ। ਗੁਰੂ ਘਰ ਨੂੰ ਛੱਡ ਕੇ ਮੈਂ ਕਿਸੇ ਨੂੰ ਮੰਨਣ ਵਾਲਾ ਬੰਦਾ ਸੀ? ਹਾਂਜੀ, ਮੈਂ ਵਿਸ਼ਵਾਸ ਗੁਰੂ ਘਰ 'ਚ ਕਰਦਾ ਬੇਟਾ। ਉਹ ਤਾਂ ਪੂਰਾ ਸਿੱਖੀ ਸਰੂਪ ਦੇ ਵਿੱਚ ਪੱਗ ਵੀ ਬੰਨਦਾ? ਹਾਂਜੀ ਹਾਂਜੀ, ਪੱਗ ਬੰਨਦਾ ਜੀ। ਤੁਸੀਂ ਉਹਨੂੰ ਸਿੱਖੀ ਦੇ ਲੜਦਾ? ਸਿੱਖੀ ਸ਼ੁਰੂ ਤੋਂ ਜੀ, ਸਾਨੂੰ ਸ਼ੌਂਕ ਸੀ ਜੀ। ਹਾਂ, ਕੇਸ ਰੱਖਣ ਦਾ ਸ਼ੌਂਕ ਸੀ। ਜਦੋਂ ਇੱਥੇ ਆ ਕੇ ਦੇਖਿਆ ਸੀ ਕਿ ਸਿੱਖ ਸਰਦਾਰ ਦਾ ਮਤਲਬ ਕਿੰਨਾ ਰੋਹਬ ਆ, ਕਿੰਨਾ ਕੀ ਆ, ਸਾਨੂੰ ਸ਼ੌਂਕ ਸੀ ਅਸੀਂ ਮਤਲਬ ਨਿੱਕੇ ਹੁੰਦੇ ਜੀ। ਹਾਂ, ਕੇਸ ਰੱਖਣ ਕਹਿੰਦਾ ਮਾਸਾ ਪੁੰਨਿਆ ਜਾਣਾ, ਜੇ ਮਤਲਬ ਨਾ ਜਾਣਾ ਹੋਵੇ ਉਦੋਂ ਹੀ ਜਾਣਾ, ਪਰ ਲੇਕਿਨ ਉਹ ਜਾਂਦੇ ਉਹ ਰੋਜ਼ ਜਾਂਦੇ ਸੁਬਹਾ 5 ਵਜੇ। ਉਹਨਾਂ ਨੇ ਆ ਕੇ ਮੈਨੂੰ ਗੁਰੂ ਘਰ ਜਾ ਕੇ ਫਿਰ ਆ ਕੇ ਮੈਨੂੰ ਚਾਹ ਦੇਣੀ ਹੈ ਕਿ ਮਤਲਬ ਟਾਈਮ ਆ, ਚਾਹ ਪੀਓ ਅਤੇ ਜਾਓ ਮੰਡੀ। ਖਾੜਕੂ ਬਾਅਦ ਵੇਲੇ ਕਹਿੰਦੇ ਸੀ ਮੁੰਡੇ ਸੀ, ਮੁੰਡੇ ਸਾਨੂੰ ਵੀ ਮਤਲਬ ਆਏ ਵੀ ਤਾਂ ਉਹਨਾਂ ਨੇ ਸਾਨੂੰ ਕੁਛ ਨਹੀਂ ਕਿਹਾ, ਇਹੀ ਕਹਿੰਦੇ ਹੁੰਦੇ ਸੀ ਕਿ ਸੇਠ ਦੁਕਾਨ ਟਾਈਮ ਨਾਲ ਬੰਦ ਕਰ ਦਿਆ ਕਰੋ, ਅਤੇ ਸਾਨੂੰ ਕੁਛ ਨਹੀਂ ਕਿਹਾ, ਅਤੇ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਹੁਣ ਇਸ ਵੇਲੇ ਕਿੰਨੇ ਤੁਹਾਡੇ ਮੈਂਬਰ ਜੀ ਕਿੰਨੇ ਨੇ ਪਰਿਵਾਰ ਦੇ? ਕੁੜੀ ਜੀ ਆਸਟ੍ਰੇਲੀਆ ਗਈ ਹੈ, ਮੈਲਬੋਰਨ 'ਚ ਹੈ, ਅਤੇ ਮੁੰਡਾ ਕਨੇਡਾ ਟੋਰਾਂਟੋ 'ਚ। ਮੈਂ ਤਾਂ ਸਿਰਫ ਬੱਚਿਆਂ ਨੂੰ ਪੜ੍ਹਾਇਆ। ਹਾਂ, BSc MSc ਵੱਡੀ ਲੜਕੀ ਨੂੰ ਪੜ੍ਹਾਇਆ, BEd ਕਰਾਤੀ, ਉਹ ਪ੍ਰਾਈਵੇਟ ਪੜ੍ਹਾਉਂਦੀ ਹੈ। ਛੋਟੀ ਲੜਕੀ ਸੀ ਉਹਨੂੰ BSc ਕਰਾਈ, ਫਿਰ IELTS ਕਰਾਇਆ, ਉਹਨੂੰ ਭੇਜਿਆ, ਮੁੰਡੇ ਨੂੰ BSc ਕਰਕੇ ਭੇਜਿਆ। ਮੇਰੇ ਮਨ 'ਚ ਇਹ ਸੀ ਜੀ ਕਿ ਆਪ ਤੋਂ ਨਹੀਂ ਕੁਛ ਪੜ੍ਹਿਆ ਗਿਆ ਕਰਿਆ ਗਿਆ, ਅਤੇ ਹੁਣ ਬੱਚਿਆਂ ਦਾ ਭਵਿੱਖ ਦੇਖ ਲਈਏ। ਆਪਣੀ ਤਾਂ ਜ਼ਿੰਦਗੀ, ਚਲੋ 2 ਸਾਲ 4 ਸਾਲ 10 ਸਾਲ ਜ਼ਿੰਦਗੀ ਤੋਂ ਕੋਈ ਕਿਹੜਾ ਠਿਕਾਣਾ, ਅਤੇ ਆਪਾਂ ਤਾਂ ਮਤਲਬ ਕਰੀ ਜਾਂਦੇ ਹਾਂ ਜਿੰਨਾ ਚਿਰ ਹੱਥ ਪੈਰ ਚੱਲਦੇ ਆ, ਪਰ ਇਹ ਤਾਂ ਨਾ ਸਾਡੇ ਵਾਂਗੂ ਮਤਲਬ ਗੇੜੇ ਖਾਂਦੇ ਫਿਰਨ। ਜਾਂ ਤੁਹਾਨੂੰ ਲੋਕਾਂ ਨੇ ਕਿਹਾ ਹੋਵੇ ਕਿ ਇਹ ਤਾਂ ਜੀ ਬਾਹਰੋਂ ਆਏ ਨੇ ਤਾਂ ਪ੍ਰਵਾਸੀ ਨੇ, ਅਸੀਂ ਇਹਨਾਂ ਨੂੰ ਕਿਉਂ ਐਕਸੈਪਟ ਕਰੀਏ? ਸਾਨੂੰ ਕਿਸੇ ਨੇ ਨਹੀਂ ਕੀਤਾ, ਸਾਨੂੰ ਇਹੀ ਕਿਹਾ ਕਿ ਕੋਈ ਕਾਸੇ ਦੀ ਲੋੜ ਹੋਵੇ ਸਾਨੂੰ ਦੱਸੋ। ਅਤੇ UP 'ਚ ਤਾਂ ਇੰਨਾ ਮਤਲਬ ਹੈ ਨਹੀਂ ਵਿਦੇਸ਼ ਜਾਣ ਦਾ ਕਿ ਮਤਲਬ ਉੱਥੇ ਕੀ ਆਏ ਆ ਜਿਉਂ ਆ। UP ਤੋਂ ਪੰਜਾਬ, ਪੰਜਾਬ ਤੋਂ ਹੁਣ ਵਿਦੇਸ਼ ਦਾ ਵੀ ਇਹ ਸਬੱਬ ਬਣ। ਪਰ ਪਰਮਾਤਮਾ ਦਾ ਘਰ ਬਹੁਤ ਵੱਡਾ, ਉਹ ਪਤਾ ਨਹੀਂ ਕਿ ਗਰੀਬ ਨੂੰ ਅਮੀਰ ਨੂੰ ਕੋਈ ਨਹੀਂ ਦੇਖਦਾ, ਉਹ ਕਿ ਉਹਨੇ ਪਤਾ ਨਹੀਂ ਕਿਹਨੂੰ ਕਿੱਥੇ ਪਹੁੰਚਦਾ ਕਰ ਦੇਣਾ, ਕਿੱਥੇ ਥੱਲੇ ਲਾ ਦੇਣਾ, ਉਹ ਤਾਂ ਪਰਮਾਤਮਾ ਨੂੰ ਪਤਾ। ਨਸ਼ੇ ਵਾਂਗੂ ਹੀ ਆ ਜੀ, ਤੜਕੇ ਸਵੇਰੇ ਉੱਠ ਕੇ ਮੰਡੀ ਜਾਣੇ ਜਾਣਾ, ਭਾਵੇਂ ਸੌਦਾ ਥੋੜ੍ਹਾ ਲਿਆਉਣਾ ਹੋਵੇ, ਬੜਾ ਲਿਆਉਣਾ ਹੋਵੇ, ਮੰਡੀ ਕਿਹੜਾ ਜਾਣਾ। ਅੱਜ ਦੇ ਦੌਰ ਦੇ ਵਿੱਚ ਪੰਜਾਬ 'ਚ ਪ੍ਰਵਾਸ ਦੀ ਚਰਚਾ ਸਿਖਰਾਂ ਦੇ ਉੱਤੇ ਹੈ। ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਜਾ ਕੇ ਪੜ੍ਹਨਾ ਚਾਹੁੰਦੇ ਨੇ, ਆਪਣੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਨੇ। ਪਰ ਅੱਜ ਜਿਹੜੀ ਕਹਾਣੀ ਅਸੀਂ ਤੁਹਾਨੂੰ ਦੱਸਾਂਗੇ ਔਰ ਜਿਹੜੇ ਇਨਸਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਵਾਂਗੇ, ਉਹਨਾਂ ਨੇ ਪੰਜਾਬ ਆ ਕੇ ਕਿਸ ਤਰੀਕੇ ਦੇ ਨਾਲ ਤਰੱਕੀ ਕੀਤੀ, ਕਿਵੇਂ ਪ੍ਰਵਾਸੀ ਤੌਰ ਦੇ ਉੱਤੇ ਉਹ ਪੰਜਾਬ ਦੇ ਵਿੱਚ ਆਉਂਦੇ ਨੇ ਔਰ ਆ ਕੇ ਇੱਥੋਂ ਦੀ ਤਰੱਕੀ ਕਰਕੇ ਹੁਣ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ, ਲਿਖਾਉਣ ਦੇ ਲਈ, ਚੰਗੇ ਭਵਿੱਖ ਦੇ ਲਈ ਵਿਦੇਸ਼ ਭੇਜਦੇ ਨੇ। ਸਾਡੇ ਨਾਲ ਛੋਟਾ ਸਿੰਘ ਹੋਣੀ ਮੌਜੂਦ ਨੇ, ਜਿਹੜੇ ਸਾਲ 1984 ਦੇ ਵਿੱਚ ਪੰਜਾਬ ਆਉਂਦੇ ਨੇ, UP ਤੋਂ ਪੰਜਾਬ ਆਉਂਦੇ ਨੇ ਔਰ ਉਸ ਦੌਰ ਦੇ ਵਿੱਚ ਆਏ ਜਦੋਂ 84 ਦੇ ਵਿੱਚ ਇੱਥੇ ਮਾਹੌਲ ਕਿਸ ਤਰੀਕੇ ਦਾ ਸੀ ਉਹ ਸਭ ਜਾਣੂ ਨੇ ਔਰ ਸਾਰੇ ਜਾਣਦੇ ਨੇ। ਬਹੁਤ ਬਹੁਤ ਸਵਾਗਤ ਹੈ ਬਾਈ ਜੀ ਪ੍ਰੋ ਪੰਜਾਬ ਟੀਵੀ 'ਤੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਮੈਂ ਜ਼ਿਕਰ ਕੀਤਾ, ਅੱਜ ਦੇ ਦੌਰ ਦੇ ਵਿੱਚ ਬਹੁਤ ਸਾਰੇ ਲੋਕ ਵਿਦੇਸ਼ਾਂ ਨੂੰ ਰੁਕ ਕਰ ਰਹੇ ਨੇ। ਸਾਲ 1984, ਤੁਸੀਂ ਕਿਵੇਂ UP ਤੋਂ ਪੰਜਾਬ ਆਉਂਦੇ ਹੋ? ਪੰਜਾਬ ਮੇਰਾ ਵੱਡਾ ਭਰਾ ਸੀ ਜੀ,
ਉਹ ਇੱਥੇ ਆਇਆ, ਪਹਿਲਾਂ ਦਿਹਾੜੀਆਂ ਕੀਤੀਆਂ, ਮੁੜ ਕੇ ਮਤਲਬ ਦੁਕਾਨ ਉਹਨੇ ਪਾ ਲਈ। ਦੁਕਾਨ 'ਚ ਉਹਨੇ ਮਤਲਬ ਸਾਨੂੰ ਚਿੱਠੀਆਂ ਪਾਉਂਦਾ ਸੀ, ਉਦੋਂ ਫੋਨ ਫਾਨ ਹੈ ਨਹੀਂ ਸੀ। ਉਹ ਮਤਲਬ ਕਹਿਣ ਲੱਗ ਗਿਆ ਕਿ ਮੈਨੂੰ ਰੋਟੀ ਪਾਣੀ ਦਾ ਔਖਾ ਜਿਹਾ, ਦੁਕਾਨ ਬੰਦ ਕਰਕੇ ਜਾਣਾ ਪੈਂਦਾ, ਅਤੇ ਜੇ ਫਲਾਣਾ ਛੋਟਾ ਸਿੰਘ ਆ ਜੇ, ਜੇ ਪੜ੍ਹਨਾ ਤਾਂ ਹੈਗਾ ਤਾਂ ਇੱਥੇ ਚੱਲ ਪੜ੍ਹਨ ਲੱਗ ਜੂਗਾ। ਅਤੇ ਮੇਰੇ ਮਨ 'ਚ ਹੋਇਆ ਜੀ ਕਿ ਮਤਲਬ ਆਪਣਾ ਵੱਡਾ ਭਰਾ ਪਿਓ ਵਰਗਾ ਜੇ ਮਤਲਬ ਸਾਡੇ ਖਾਤਰ ਘਰੋਂ ਘਰ ਛੱਡ ਕੇ ਗਿਆ, ਅਤੇ ਅਸੀਂ ਉਹਦੇ ਨਾਲ ਕਿਉਂ ਨਾ ਹੱਥ ਨੂੰ ਹੱਥ ਵਟਾਈਏ। ਅਤੇ ਮੈਂ ਫਿਰ ਉੱਥੋਂ ਪੜ੍ਹਾਈ ਛੱਡ ਕੇ, 8ਵੀਂ ਦੀ ਪੜ੍ਹਾਈ ਛੱਡ ਕੇ ਮੈਂ ਇੱਥੇ ਆ ਗਿਆ ਜੀ। ਉਮਰ ਕਿੰਨੀ ਸੀ? 13 ਸਾਲ ਜੀ। ਹਾਂਜੀ, 13 ਸਾਲ ਦੀ ਉਮਰ 'ਚ ਤੁਸੀਂ ਪੰਜਾਬ ਆ ਜਾਂਦੇ ਹੋ, ਔਰ ਜਦੋਂ ਸਿੱਧਾ ਇਸੇ ਪਿੰਡ ਦੇ ਵਿੱਚ ਆਉਂਦੇ ਹੋ? ਹਾਂਜੀ, ਇਸੇ ਪਿੰਡ 'ਚ ਆਏ ਜੀ। ਮਾਹੌਲ ਇੱਥੇ ਪੰਜਾਬ ਦਾ ਸੁਖਾਵਾਂ ਨਹੀਂ ਸੀਗਾ, ਉਹ ਦੌਰ ਸਾਰਿਆਂ ਨੂੰ ਜਦੋਂ ਸੋਚਦੇ ਵੀ ਨੇ ਤਾਂ ਲੂਹ ਗੰਢੇ ਖੜੇ ਹੋ ਜਾਂਦੇ ਨੇ। ਤੇ ਜਦੋਂ ਤੁਸੀਂ ਪੰਜਾਬ ਆਉਣਾ ਸੀ, ਤੁਹਾਡੇ ਮਨ ਦੇ ਵਿੱਚ ਕੋਈ ਡਰ ਜਾਂ ਕੁਛ ਇਹੋ ਜਿਹੀ ਚੀਜ਼ ਨਹੀਂ ਆਈ? ਸਾਡੇ ਮਨ 'ਚ ਜੀ ਸਾਨੂੰ ਸਹਿਯੋਗ ਪਿੰਡ ਵਾਲਿਆਂ ਨੇ ਜਾਂ ਭਰਤੀ ਵਾਲਿਆਂ ਨੇ ਬਹੁਤ ਦਿੱਤਾ ਸਾਨੂੰ। ਮਤਲਬ ਸੁਬਹਾ ਸ਼ਾਮ ਉਹ ਪੁੱਛਦੇ ਰਹੇ ਆ ਕਿ ਤੁਹਾਨੂੰ ਕੋਈ ਡਰ ਤਾਂ ਨਹੀਂ ਹੈ? ਸਾਨੂੰ ਇਵੇਂ ਕਹਿ ਦਈਏ, ਖਾੜਕੂ ਬਾਦ ਵੇਲੇ ਕਹਿੰਦੇ ਸੀ ਮੁੰਡੇ ਸੀ, ਮੁੰਡੇ ਸਾਨੂੰ ਵੀ ਮਤਲਬ ਆਏ ਵੀ ਤਾਂ ਉਹਨਾਂ ਨੇ ਸਾਨੂੰ ਕੁਛ ਨਹੀਂ ਕਿਹਾ, ਇਹੀ ਕਹਿੰਦੇ ਹੁੰਦੇ ਸੀ ਕਿ ਸੇਠ ਦੁਕਾਨ ਟਾਈਮ ਨਾਲ ਬੰਦ ਕਰ ਦਿਆ ਕਰੋ, ਅਤੇ ਸਾਨੂੰ ਕੁਛ ਨਹੀਂ ਕਿਹਾ, ਅਤੇ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ। ਅਤੇ ਮਤਲਬ ਸਾਡੇ ਆਸ ਗੁਆਂਢ ਸਾਡੇ ਹਰਜੀਤ ਸਿੰਘ ਹੁਣੀ ਮਤਲਬ ਗੁਆਂਢ ਸੀ, ਇਹਨਾਂ ਡੈਡੀ ਹੁਣੀ, ਅਤੇ ਮਤਲਬ ਇਹ ਮਤਲਬ ਬੁੜੇ ਸੀਗੇ, ਉਹ ਕਹਿੰਦੇ ਹੁੰਦੇ ਸੀ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ, ਕੋਈ ਆਵੇ ਸਾਨੂੰ ਅੱਧੀ ਰਾਤ ਮਤਲਬ ਹਾਕ ਮਾਰ ਦਿਓ, ਅਤੇ ਮਤਲਬ ਸਾਨੂੰ ਕੋਈ ਡਰ ਨਹੀਂ ਲੱਗਿਆ ਜੀ। ਜਦੋਂ ਇੱਥੇ ਪੰਜਾਬ ਆਉਂਦੇ ਹੋ ਤਾਂ ਸਭ ਤੋਂ ਪਹਿਲਾਂ ਕੀ ਕੰਮ ਸ਼ੁਰੂ ਕੀਤਾ ਜਾਂਦਾ ਤੁਹਾਡੇ ਵੱਲ? ਸਾਡੇ ਪਾਸੇ ਦੁਕਾਨ 'ਤੇ ਹੀ ਕੰਮ ਸ਼ੁਰੂ ਕੀਤਾ ਜੀ, ਮੈਂ ਦੁਕਾਨ 'ਚ ਹੀ ਰਿਹਾ ਜੀ। ਹਾਂਜੀ, ਵਿੱਚ ਦੀ ਮਤਲਬ ਦਿਹਾੜੀਆਂ ਵੀ ਲਾ ਲੈਂਦੇ ਸੀਗੇ, ਅਤੇ ਜ਼ਿਆਦਾਤਰ ਕਿ ਦੁਕਾਨ 'ਚ ਹੀ ਰਿਹਾ ਜੀ। ਦੁਕਾਨ ਕਰਿਆਨੇ ਦੁਕਾਨ ਹੁੰਦੀ ਸੀ? ਦੁਕਾਨ, ਹਾਂਜੀ। ਫਿਰ ਮੈਂ ਜਦੋਂ ਦੋ ਭਰਾ ਹੋ ਗਏ, ਵੱਡਾ ਭਰਾ ਫਿਰ ਬੱਚੇ ਲਿਆ ਆ, ਫਿਰ ਮੈਨੂੰ ਹੋ ਗਿਆ ਕਿ ਮੈਂ ਕੋਈ ਵੱਖਰਾ ਕੰਮ ਕਰ ਲਿਆ, ਕਿਉਂ ਥੋੜ੍ਹੀ ਜਿਹੀ ਆਮਦਨ ਵਧੇ। ਉਹ ਜਦੋਂ ਮੈਂ ਮਤਲਬ ਸਬਜ਼ੀ ਦਾ ਕੰਮ ਕਰ ਲਿਆ, ਸਬਜ਼ੀ ਦਾ ਕੰਮ ਕਰਨ ਲੱਗ ਗਿਆ, ਫਿਰ ਮੇਰਾ ਵੱਡਾ ਭਰਾ ਮਤਲਬ ਦਾਰੂ ਦੂਰੂ ਥੋੜ੍ਹਾ ਜਿਹਾ ਪੀਣ ਲੱਗ ਗਿਆ, ਖਰਾਬ ਕਰਨ ਲੱਗ ਗਿਆ। ਮੈਂ ਤਾਂ ਉਹਨੂੰ ਬਹੁਤ ਕਿਹਾ ਕਿ ਮਤਲਬ ਤੂੰ ਚੱਲ ਖਾ ਪੀ ਲੈਂਦਾ, ਕੋਈ ਗੱਲ ਨਹੀਂ, ਪਰ ਰੌਲਾ ਪਾਉਣ ਲੱਗ ਗਿਆ। ਉਹਦੇ ਕਰਕੇ ਫਿਰ ਅਸੀਂ ਅੱਡੋ ਅੱਡੀ ਹੋ ਗਏ, ਪਿੰਡ 'ਚ ਇਕੱਠੇ ਹੀ ਸੀ। ਹਾਂਜੀ, ਤਾਂ ਫਿਰ ਤੁਹਾਡੇ ਵੱਲੋਂ ਸਬਜ਼ੀ ਦੀ ਰੇਹੜੀ ਲਾ ਕੇ ਜਿਹੜੀ ਹੈਗੀ ਹੈ ਉਹ ਆਪਣੀ ਕਮਾਈ ਜਿਹੜੀ ਹੈਗੀ ਉਹ ਸਾਧਨ ਤੁਹਾਡੇ ਵੱਲੋਂ ਸ਼ੁਰੂ ਕੀਤਾ? ਹਾਂਜੀ ਹਾਂਜੀ ਹਾਂਜੀ, ਰੇਹੜੀ ਲਾ ਕੇ ਅਤੇ ਅਸੀਂ ਮਤਲਬ ਸਾਧਨ ਸ਼ੁਰੂ ਕਰਤਾ ਜੀ, ਅਤੇ ਹੌਲੀ ਹੌਲੀ ਪਰਮਾਤਮਾ ਨੇ। ਅਤੇ ਹੁਣ ਇਸ ਵੇਲੇ ਕਿੰਨੇ ਤੁਹਾਡੇ ਮੈਂਬਰ ਜੀ ਕਿੰਨੇ ਨੇ ਪਰਿਵਾਰ ਦੇ ਵਿੱਚ? ਦੋ ਲੜਕੀਆਂ ਜੀ, ਇੱਕ ਮੁੰਡਾ। ਹਾਂਜੀ, ਲੜਕੀਆਂ ਵੱਡੀਆਂ, ਮੁੰਡਾ ਛੋਟਾ। ਹਾਂਜੀ, ਉਹਨਾਂ ਨੂੰ ਵੀ ਹੁਣ ਤੁਸੀਂ ਵਿਦੇਸ਼ ਆਪ ਭੇਜਿਆ? ਹਾਂਜੀ, ਆਪ ਭੇਜਿਆ ਜੀ, ਕੁੜੀ ਨੂੰ ਵਿਆਹ ਕਰਕੇ ਭੇਜਿਆ ਅਤੇ ਮੁੰਡੇ ਨੂੰ ਆਪ ਭੇਜਿਆ। ਕਿਹੜੀ ਕਿਹੜੀ ਕੰਟਰੀ ਦੇ ਵਿੱਚ? ਕੁੜੀ ਜੀ ਆਸਟ੍ਰੇਲੀਆ ਗਈ ਆ, ਮੈਲਬੌਰਨ 'ਚ ਆ, ਅਤੇ ਮੁੰਡਾ ਕਨੇਡਾ, ਹਾਂ ਟੋਰਾਂਟੋ 'ਚ ਆ। ਹਾਂਜੀ, ਕਿਉਂਕਿ ਬਾਹਰ ਭੇਜਣਾ ਹੁੰਦਾ, ਵਿਦੇਸ਼ ਭੇਜਣਾ ਹੁੰਦਾ, ਪੈਸੇ ਵੀ ਬਹੁਤ ਲੱਗ ਜਾਂਦੇ ਆ ਬੱਚਿਆਂ ਦੀ ਪੜ੍ਹਾਈ ਦੇ ਉੱਤੇ, ਤਾਂ ਜਿੰਨੀ ਤੁਹਾਡੀ ਕਮਾਈ ਸੀ ਜ਼ਿੰਦਗੀ ਦੀ, ਜਿਹੜਾ ਸਾਰਾ ਜੋੜਿਆ ਸੀਗਾ, ਉਹ ਸਾਰੀ ਆਪਣੀ ਤੁਸੀਂ ਬੱਚਿਆਂ ਦੇ ਉੱਤੇ ਲਾ? ਹਾਂਜੀ, ਬੱਚੇ ਨੂੰ ਪਹਿਲਾਂ ਸਾਡਾ ਤਾਂ ਇਰਾਦਾ ਸੀ ਬੱਚੇ ਕੀ ਮਤਲਬ ਪੜ੍ਹਾਈ ਕਰਨ ਦਾ, ਕੋਈ ਨੌਕਰੀ ਲੈਣ ਨਾ, ਨੇੜਿਓਂ ਜਾਣ। ਪਰ ਉਹ ਬੱਚੇ ਦੀ ਬਸ ਅੰਦਰੋਂ ਮਨ ਇਹ ਸੀਗਾ ਕਿ ਮੈਂ ਵਿਦੇਸ਼ ਹੀ ਜਾਣਾ, ਇੱਥੇ ਪਾਪਾ ਕੁਛ ਨਹੀਂ ਹੈ, ਮੈਂ ਜਾਣਾ, ਮੇਰੀ 5 ਕਿੱਲੇ ਜ਼ਮੀਨ ਆਉਂਦੀ ਆ, ਅਤੇ ਤੂੰ ਦੇਣੀ ਕਿਹਨੂੰ ਆ? ਜਦੋਂ ਮੈਂ ਇੰਨੇ ਸ਼ਬਦ ਕਹਿਤੇ ਕਿ ਦੇਣੀ ਕਿਹਨੂੰ, ਤਾਂ ਮੈਂ ਕਿਹਾ ਤੈਨੂੰ ਦੇਣੀ, ਹੋਰ ਦੇਣੀ ਕਿਹਨੂੰ? ਕਹਿੰਦਾ ਫਿਰ ਮੇਰੇ ਉੱਤੇ ਲਾ ਦੇ, ਅਤੇ ਬਸ ਕੁਛ ਮਤਲਬ ਉੱਥੋਂ ਜ਼ਮੀਨ 'ਤੇ ਕੀਤਾ, ਕੁਛ ਇੱਥੇ ਮਤਲਬ ਲੋਕਾਂ ਨੇ ਨਗਰ ਖੇੜੇ ਨਹੀਂ ਕਰਤਾ, ਕੁਛ ਮੈਂ ਆਪਦੇ ਕੋਲੋਂ ਕਰਕੇ ਅਤੇ ਬੱਚਾ ਭੇਜਤਾ। ਅੱਛਾ, ਤੁਸੀਂ ਪੰਜਾਬ ਆ ਕੇ ਜ਼ਮੀਨ ਵੀ ਫਿਰ ਖਰੀਦੀ ਉਰੇ? ਨਹੀਂ, ਜ਼ਮੀਨ ਨਹੀਂ ਲਈ ਜੀ।
ਜ਼ਮੀਨ ਨਹੀਂ ਕੋਈ, ਨਹੀਂ ਕੁਛ ਨਹੀਂ ਲਿਆ ਜੀ, ਮੈਂ ਤਾਂ ਸਿਰਫ ਬੱਚਿਆਂ ਨੂੰ ਪੜ੍ਹਾਇਆ। ਹਾਂ, ਬੀਐਸਸੀ ਐਮਐਸਸੀ ਵੱਡੀ ਲੜਕੀ ਨੂੰ ਪੜ੍ਹਾਇਆ, ਬੀਐਡ ਕਰਾਤੀ, ਉਹ ਪ੍ਰਾਈਵੇਟ ਪੜ੍ਹਾਉਂਦੀ ਆ, ਛੋਟੀ ਲੜਕੀ ਸੀ ਉਹਨੂੰ ਬੀਐਸਸੀ ਕਰਾਈ, ਫਿਰ ਆਈਲੈਸ ਕਰਾਇਆ, ਉਹਨੂੰ ਭੇਜਿਆ, ਮੁੰਡੇ ਨੂੰ ਬੀਐਸਸੀ ਕਰਕੇ ਭੇਜਿਆ ਜੀ। ਤਿੰਨੋਂ ਬੱਚਿਆਂ ਨੂੰ ਤੁਸੀਂ ਚੰਗੀ ਸਿੱਖਿਆ ਦਵਾਈ, ਚੰਗੀ ਵਿੱਦਿਆ ਪੜ੍ਹਾ ਕੇ ਫਿਰ ਤੁਸੀਂ ਉਹਨਾਂ ਨੂੰ ਬਾਹਰ ਕੱਢ? ਹਾਂਜੀ, ਮੇਰੇ ਮਨ 'ਚ ਇਹ ਸੀ ਜੀ ਕਿ ਆਪ ਤੋਂ ਨਹੀਂ ਕੁਛ ਪੜ੍ਹਿਆ ਗਿਆ ਕਰਿਆ ਗਿਆ ਅਤੇ ਹੁਣ ਬੱਚਿਆਂ ਦਾ ਭਵਿੱਖ ਦੇਖ ਲਈਏ, ਆਪਣੀ ਤਾਂ ਜ਼ਿੰਦਗੀ ਚਲੋ 2 ਸਾਲ 4 ਸਾਲ 10 ਸਾਲ ਜ਼ਿੰਦਗੀ ਤੋਂ ਕਿਹੜਾ ਠਿਕਾਣਾ, ਅਤੇ ਆਪਾਂ ਤਾਂ ਮਤਲਬ ਕਰੀ ਜਾਂਦੇ ਹਾਂ ਜਿੰਨਾ ਚਿਰ ਹੱਥ ਪੈਰ ਚੱਲਦੇ ਆ, ਪਰ ਇਹ ਤਾਂ ਨਾ ਸਾਡੇ ਵਾਂਗੂ ਮਤਲਬ ਗੇੜੇ ਖਾਂਦੇ ਫਿਰਨ। ਮਨ ਸੀ ਛੋਟੇ ਹੁੰਦੇ ਜਦੋਂ ਤੁਸੀਂ ਇੱਥੋਂ ਦੀ ਯੂਪੀ ਤੋਂ ਆਪਣੀ ਪੜ੍ਹਾਈ ਛੱਡ ਕੇ ਆਏ ਪੰਜਾਬ ਦੇ ਵਿੱਚ, ਤਾਂ ਉਦੋਂ ਤੁਹਾਡਾ ਜੀ ਕਰਦਾ ਸੀਗਾ ਕਿ ਹੋਰ ਪੜ੍ਹਾਂ ਮੈਂ ਅੱਗੇ? ਹਾਂਜੀ, ਜੀ ਤਾਂ ਕੀਤਾ ਸੀਗਾ, ਪਰ ਇੱਥੋਂ ਦਾ ਆ ਕੇ ਮਾਹੌਲ ਦੇਖ ਕੇ ਫਿਰ ਜੀ ਨਹੀਂ ਕੀਤਾ ਜੀ, ਐਵੇਂ ਕਹਿ ਦਈਏ। ਹਾਂ, ਇੱਥੋਂ ਦਾ ਮਾਹੌਲ ਦੇਖ ਕੇ ਨਹੀਂ ਸੀ, ਮਾਹੌਲ ਬਹੁਤ ਸ਼ਾਂਤ ਸੀ ਜੀ, ਉਸ ਸੰਨ 84 ਜੋ ਉਨਾ ਕੁ ਹੋਇਆ, ਪਰ ਮਾਹੌਲ ਬਹੁਤ ਇੱਥੇ ਸ਼ਾਂਤ ਸੀ। ਪੰਜਾਬ 'ਚ ਮਤਲਬ ਗੁੰਡਾਖੋਰੀ ਵਾੜੀ ਸੀਗੀ, ਇੱਥੇ ਮਾਹੌਲ ਬੜਾ ਸ਼ਾਂਤ ਸੀ। ਜਿਵੇਂ ਅਸੀਂ ਅਕਸਰ ਦੇਖ ਲੈਂਦੇ ਹੁੰਦੇ ਹਾਂ ਕਿ ਜੇਕਰ ਕੋਈ ਬਾਹਰੋਂ ਆਉਂਦਾ ਹੈ ਤਾਂ ਐਡਜਸਟ ਹੋਣ ਦੇ ਵਿੱਚ ਟਾਈਮ ਲੱਗਦਾ ਹੈ, ਲੋਕੀ ਜਿਹੜੇ ਨੇ ਉਹ ਪ੍ਰਵਾਨ ਨਹੀਂ ਕਰਦੇ, ਤਾਂ ਤੁਹਾਡੇ ਨਾਲ ਕਦੀ ਇਹੋ ਜਿਹੀ ਕੋਈ ਗੱਲ ਤਾਂ ਨਹੀਂ ਬੀਤੀ, ਜਾਂ ਤੁਹਾਨੂੰ ਲੋਕਾਂ ਨੇ ਕਿਹਾ ਹੋਵੇ ਕਿ ਇਹ ਤਾਂ ਜੀ ਬਾਹਰੋਂ ਆਏ ਨੇ ਤਾਂ ਪ੍ਰਵਾਸੀ ਨੇ, ਅਸੀਂ ਇਹਨਾਂ ਨੂੰ ਕਿਉਂ ਐਕਸੈਪਟ ਕਰੀਏ? ਨਹੀਂ ਜੀ, ਸਾਨੂੰ ਨੇ ਕੀਤਾ, ਸਾਨੂੰ ਕਿਸੇ ਨੇ ਨਹੀਂ ਕੀਤਾ, ਸਾਨੂੰ ਇਹੀ ਕਿਹਾ ਕਿ ਕੋਈ ਕਾਸੇ ਦੀ ਲੋੜ ਹੋਵੇ ਸਾਨੂੰ ਦੱਸੋ। ਮੇਰੇ ਕੋਲ ਮਤਲਬ ਮੈਨੂੰ ਤਕਲੀਫਾਂ ਵੀ ਬਹੁਤ ਚੱਲੀਆਂ, 2 ਆਪਰੇਸ਼ਨ ਵੀ ਕਰਾਏ ਮੈਂ, ਪਰ ਮੈਂ ਦਿਲ ਨਹੀਂ ਛੱਡਿਆ ਜੀ, ਮੈਂ ਇਹ ਕਿਹਾ ਕਿ ਬੱਚਿਆਂ ਦੀ ਮਤਲਬ ਜ਼ਿੰਦਗੀ ਬਣਨੀ ਚਾਹੀਦੀ ਹੈ, ਮੇਰਾ ਭਾਵੇਂ ਸਰੀਰ ਨਾ ਰਹੇ ਪਰ ਬੱਚਿਆਂ ਦੀ ਜ਼ਿੰਦਗੀ ਬਣ ਗਈ। ਤੁਸੀਂ ਵੀ ਆਪਣੇ ਆਪ ਨੂੰ ਉਸੇ ਰੰਗ ਦੇ ਵਿੱਚ, ਉਸੇ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਢਾਲ ਲਿਆ ਫਿਰ? ਹਾਂਜੀ ਹਾਂਜੀ, ਮੈਂ ਇਹੀ ਸੀਗਾ ਕਿ ਮਤਲਬ ਬੱਚੇ ਬਣ ਜਾਣ ਜਿਵੇਂ ਹੋਏ, ਪਰਮਾਤਮਾ ਦਾ ਜਿਹੜਾ ਕੁਛ ਮਤਲਬ ਦੁੱਖ ਸੁੱਖ ਜੋ ਹੈਗਾ ਉਹ ਨਾਲ ਹੀ ਆ, ਪਰਮਾਤਮਾ ਨੇ ਕਰਨਾ ਜੋ ਕੁਛ ਕਰਨਾ, ਨਾਲੇ ਹੁਣ ਵੀ ਜੀ ਮੈਂ ਕੁਛ ਨਹੀਂ ਕੀਤਾ, ਜੋ ਕੀਤਾ ਪਰਮਾਤਮਾ ਨੇ ਕੀਤਾ, ਉਹਦੀ ਮਿਹਰ ਆ ਜੀ, ਆਪਾਂ ਤਾਂ ਸੁਪਨੇ ਵੀ ਨਹੀਂ ਲਏ ਸੀ ਕਿ ਇੱਥੇ ਤਾਂ ਹੀ ਪਹੁੰਚਾਂਗੇ। ਸੋਚਿਆ ਕੀ ਸੀ ਜ਼ਿੰਦਗੀ ਦੇ ਵਿੱਚ, ਕੀ ਸੋਚਿਆ ਸੀ ਇਸ ਮੁਕਾਮ ਦੇ ਉੱਤੇ ਪਹੁੰਚ ਜਾਓਗੇ, ਬੱਚਿਆਂ ਨੂੰ ਵਿਦੇਸ਼ ਵੀ ਘੱਲ ਦੋਗੇ, ਤੁਹਾਡੇ ਨਾਲ ਦੇ ਹੋਰ ਵੀ ਬਹੁਤ ਉੱਥੇ ਰਿਸ਼ਤੇਦਾਰ ਹੋਣਗੇ, ਸਾਥੀ ਹੋਣਗੇ, ਕੀ ਉਹ ਸਾਰੇ ਸੈਟਲ ਨੇ, ਉਹ ਆਪਣੇ ਆਪਣੀ ਜ਼ਿੰਦਗੀਆਂ ਦੇ ਵਿੱਚ ਠੀਕ ਨੇ, ਤੁਸੀਂ ਤੁਹਾਡੇ ਉੱਤੇ ਕਿਰਪਾ ਜਿਹੜੀ ਹੈ ਪਰਮਾਤਮਾ ਦੀ? ਨਹੀਂ, ਜ਼ਿਆਦਾਤਰ ਕੇ ਜਦੋਂ ਮੇਰੇ ਨਿਗਾਹ 'ਚ ਤਾਂ ਤਕਰੀਬਨ ਪਰਮਾਤਮਾ ਨੇ ਮੇਰੇ ਉੱਤੇ ਕੀਤਾ ਜੀ, ਇੱਥੋਂ ਤਾਂ ਹੀ ਪਹੁੰਚਦੇ ਨੂੰ, ਮਤਲਬ ਉੱਥੇ ਯੂਪੀ 'ਚ ਤਾਂ ਇੰਨਾ ਮਤਲਬ ਹੈ ਹੀ ਨਹੀਂ ਵਿਦੇਸ਼ ਜਾਣ ਦਾ ਕਿ ਮਤਲਬ ਉੱਥੇ ਕੀ ਆਏ ਆ ਜਿਉਂ ਆ, ਪਰ ਜਿਹੜੇ ਮਤਲਬ ਜਾਣਕਾਰ ਆ, ਜਿਹੜੇ ਮਤਲਬ ਬਾਹਰੋਂ ਆਉਂਦੇ ਆ, ਉੱਥੇ ਲੋਕ ਜਾਂਦੇ ਆ, ਦੱਸਦੇ ਆ, ਅਤੇ ਉਹਨਾਂ ਨੂੰ ਹੁੰਦਾ ਹੈ ਕਿ ਇੰਨਾ ਪੈਸਾ, ਪੈਸਾ ਦੇ ਕੇ ਹੈਰਾਨ ਹੋ ਜਾਂਦੇ ਕਿ ਹਾਂ ਇੰਨਾ ਪੈਸਾ ਕਿਵੇਂ ਲਾਤਾ, ਇੰਨੀ ਦੂਰ ਬੱਚਾ ਭੇਜਤਾ, ਇਹਨਾਂ ਦਾ ਦਿਲ ਕਹੇ ਜਾ, ਆਪਦੀ ਕੁੜੀ ਨਹੀਂ ਰੱਖਿਆ, ਇੱਕ ਮੁੰਡਾ ਉਹ ਵੀ ਆਪਦੀ ਕੁੜੀ ਨਹੀਂ ਰੱਖਿਆ। ਗੱਲ ਹੈ ਜੇ 2 ਬੱਚੇ ਭੇਜੇ ਨੇ ਤਾਂ 25-25-30-30 ਲੱਖ ਰੁਪਇਆ ਤਾਂ ਫੀਸ ਹੁੰਦੀ ਹੈ, ਤਾਂ 50 ਲੱਖ ਤੁਸੀਂ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਜਿਹੜੀ ਹੈਗੀ ਉਹ ਬੱਚਿਆਂ ਦੇ ਉੱਤੇ ਲਾ? ਨਹੀਂ, ਜਿਹੜੀ ਬੱਚੀ ਆ ਜੀ, ਬੱਚੀ ਦੇ ਤਾਂ ਵਿਆਹ ਕੀਤਾ ਸੀ, ਉਹਨਾਂ ਨੇ ਮਤਲਬ ਪੈਸਾ ਖਰਚ ਕੀਤਾ, ਉਹ 16 ਕਣੀ ਜਿਹੜੇ ਵਿਆਹ 'ਤੇ ਖਰਚਾ ਹੋਇਆ ਉਹ ਹੈ, ਬਾਕੀ ਖਰਚਾ ਉਹਨਾਂ ਨੇ ਕੀਤਾ, ਮੁੰਡੇ 'ਚ ਆਪਦਾ ਖਰਚਾ ਹੋਇਆ ਜੀ। ਹਾਂਜੀ, ਬੱਚੇ ਠੀਕ ਨੇ, ਖੁਸ਼ ਨੇ, ਸੱਦੇ ਹੋਣਗੇ, ਹੁਣ ਤਾਂ ਤੁਹਾਨੂੰ ਕਹਿੰਦੇ ਹੋਣਗੇ ਕਿ ਆਓ ਬਾਪੂ ਜੀ, ਆਓ ਵਿਦੇਸ਼ ਦਾ ਗੇੜਾ ਲਾ ਕੇ। ਕਹਿੰਦੀ ਆ ਜੀ, ਮੁੰਡੇ ਤੋਂ ਹਜੇ 2 ਮਹੀਨੇ ਹੋਇਆ ਗਏ ਨੂੰ, ਅਤੇ ਕੁੜੀ ਕਹਿੰਦੀ, ਕੁੜੀ ਨੂੰ 2 ਸਾਲ ਹੋ ਗਏ ਗਏ ਨੂੰ ਜੀ, ਕਰੋਨਾ ਕਾਲ 'ਚ ਉਹਨੂੰ ਨਵੰਬਰ ਦੇ ਮਹੀਨੇ ਗਏ ਸੀ, ਨਵੰਬਰ ਹੀ ਆ ਗਿਆ, 22 ਨਵੰਬਰ ਗਏ ਸੀ, 2 ਸਾਲ ਹੋ ਗਏ ਜੀ ਉਹਨੂੰ। ਹਾਂਜੀ, ਜਾਣਾ ਫਿਰ ਵਿਦੇਸ਼ ਦਾ ਗੇੜਾ ਲਾਉਣਾ, ਯੂਪੀ ਤੋਂ ਪੰਜਾਬ, ਪੰਜਾਬ ਤੋਂ ਹੁਣ ਵਿਦੇਸ਼ ਦਾ ਵੀ ਇਹ ਸਬੱਬ ਬਣਨਾ? ਉਹ ਤਾਂ ਜੀ ਹੁਣ ਪਰਮਾਤਮਾ ਦੀ ਮਿਹਰ ਆ, ਜਿੱਥੇ ਰੱਖੂਗਾ ਉੱਥੇ ਰਹਿਣਾ ਪੈਣਾ ਜੀ। ਸੋਚਿਆ ਸੀ ਐਵੇਂ ਕਿ ਆਹ ਵੀ ਕਿਰਪਾ ਪਰਮਾਤਮਾ ਦੀ ਇੰਨੀ ਹੋ ਸਕਦੀ ਹੈ? ਨਹੀਂ ਜੀ, ਆਪਣੇ ਮਨ 'ਚ ਤਾਂ ਹੈ ਨਹੀਂ ਸੀ ਕਿ ਆਪਣੀ ਕੁੜੀ ਇੰਨੀ ਪਹੁੰਚ ਨਹੀਂ ਸੀ ਜੀ, ਅਤੇ ਆਪਾਂ ਕਿਤੇ ਸੁਪਨਾ ਸੋਚਿਆ ਹੀ ਨਹੀਂ ਸੀ, ਪਰ ਪਰਮਾਤਮਾ ਦਾ ਘਰ ਬਹੁਤ ਵੱਡਾ, ਉਹ ਪਤਾ ਨਹੀਂ ਕੋਈ ਗਰੀਬ ਨੂੰ ਅਮੀਰ ਨੂੰ ਕੋਈ ਨਹੀਂ ਦੇਖਦਾ, ਉਹ ਕਿ ਉਹਨੇ ਪਤਾ ਨਹੀਂ ਕਿਹਨੂੰ ਕਿੱਥੇ ਪਹੁੰਚਦਾ ਕਰ ਦੇਣਾ, ਕਿੱਥੇ ਥੱਲੇ ਲਾ ਦੇਣਾ, ਉਹ ਤਾਂ ਪਰਮਾਤਮਾ ਨੂੰ ਪਤਾ ਜੀ। ਹਾਂਜੀ, ਤੁਹਾਡੀ ਦਿਨ ਚਰਿਆ ਉਵੇਂ ਹੀ ਰਹਿੰਦੀ ਹੈ, ਹੁਣ ਵੀ ਰੇੜੀ ਦੇ ਉੱਤੇ ਜਾਂਦੇ ਹੋ, ਆਪਣਾ ਜਿਹੜਾ ਤੁਹਾਡਾ ਕੰਮ ਹੁੰਦਾ ਉਸੇ ਤਰੀਕੇ ਨਾਲ ਕਰਦੇ? ਹਾਂਜੀ, ਮੈਂ ਉਸੇ ਤਰ੍ਹਾਂ ਹੀ ਕਰਦਾ ਜੀ, ਮੀਂਹ ਆਓ ਕਣੀ ਆਓ,
ਪਰ ਇਹ ਹੁੰਦਾ ਕਿ ਤੜਕੇ ਨੂੰ ਇੱਕ ਨਸ਼ੇ ਵਾਂਗੂ ਹੀ ਆ ਜੀ, ਤੜਕੇ ਸਵੇਰੇ ਉੱਠ ਕੇ ਮੰਡੀ ਜਾਣਾ ਹੀ ਜਾਣਾ, ਭਾਵੇਂ ਸੌਦਾ ਥੋੜ੍ਹਾ ਲਿਆਉਣਾ ਹੋਵੇ, ਬੜਾ ਲਿਆਉਣਾ ਹੋਵੇ, ਮੰਡੀ ਕਿਹੜਾ ਜਾਣਾ ਜੀ। ਹਾਂਜੀ, ਕਈ ਮਤਲਬ ਲੋਕ ਘਰ ਦੇ ਵੀ ਕਹਿਣਗੇ ਕਿ ਪਾਪਾ ਮੀਂਹ ਆ ਗਿਆ, ਰਹਿਣ ਦੇ ਮੀਂਹ ਆਊਗਾ, ਇਹ ਹੁੰਦਾ ਕਿ ਨਹੀਂ ਮੰਡੀ ਜਾਣਾ। ਕਿੰਨੇ ਵਜੇ ਸਵੇਰੇ ਉੱਠ ਜਾਂਦੇ? 5 ਵਜੇ। ਹਾਂਜੀ, ਸੌਦਾ ਫਿਰ ਮੰਡੀ ਉਹ ਲਿਆ ਕੇ ਉਰੇ ਫਿਰ ਇਸ ਇਲਾਕੇ ਦੇ ਵਿੱਚ ਸਾਰੇ ਥਾਂ ਦੇ ਉੱਤੇ? ਹਾਂਜੀ, ਫਿਰ ਗੇੜਾ ਦੇ ਕੇ ਰੇਹੜੀ 'ਚ ਵੇਚਦੇ ਹਾਂ ਜੀ। ਰਾਤੀ ਫਿਰ ਕਿੰਨੇ ਵਜੇ ਤੱਕ ਆਉਂਦੇ ਆ ਵਾਪਸ? 7 ਵਜੇ। ਹਾਂਜੀ, ਸਕੂਨ ਹੈ ਜ਼ਿੰਦਗੀ ਦੇ ਵਿੱਚ? ਹਾਂਜੀ, ਬਹੁਤ ਸਕੂਨ ਆ ਜੀ, ਜੇ ਪਰਮਾਤਮਾ 'ਚ ਆਪਾਂ ਰੱਖੀਏ, ਮਨ ਨੂੰ ਵਿਸ਼ਵਾਸ ਰੱਖੀਏ, ਬਹੁਤ ਜ਼ਿਆਦਾ ਸਕੂਨ ਆ। ਇੱਕ ਜੀ ਸਭ ਤੋਂ ਵੱਡੀ ਗੱਲ, ਮੈਂ ਗੁਰੂ ਘਰ ਨੂੰ ਛੱਡ ਕੇ ਮੈਂ ਕਿਸੇ ਨੂੰ ਮੰਨਣ ਵਾਲਾ ਬੰਦਾ ਨਹੀਂ ਸਿੱਧੇ। ਹਾਂਜੀ, ਮੈਂ ਵਿਸ਼ਵਾਸ ਗੁਰੂ ਘਰ 'ਚ ਕਰਦਾ। ਯੂਪੀ ਸੀਗੇ ਉਦੋਂ ਕਿਵੇਂ? ਉਦੋਂ ਵੀ ਉੱਥੇ ਤਾਂ ਮੰਦਿਰ ਜਾਂ ਕੁਛ ਹੋਰ ਜਾਂਦੇ ਹੋਗੇ, ਇੱਥੇ ਗੁਰੂ ਦੇ ਲੜ ਕਿਵੇਂ ਲੱਗੇ ਤੁਸੀਂ? ਇੱਥੇ ਜੀ, ਉੱਥੇ ਜਿਹੜਾ ਮਾਹੌਲ ਆ ਉੱਥੋਂ ਹੋਰ ਕੁਛ ਆ, ਇੱਥੇ ਮਾਹੌਲ ਕੁਛ ਹੋਰ ਆ। ਇੱਥੇ ਮਿਲਦੀ ਆ ਜੀ ਸਿੱਖਿਆ, ਉੱਥੇ ਲੁਟੇਰੇ ਬੈਠੇ ਆ ਤੁਹਾਡੇ ਕੋਲੋਂ। ਆਪਾਂ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ, ਕਿਉਂ ਜਿਹੜੇ ਆ ਲੁਟੇਰੇ, ਕੁਛ ਦੇ ਦਿਓ ਤਾਂ ਹਾਂ ਬਈ ਆ ਜਾ, ਤੈਨੂੰ ਕੁਰਸੀ ਮਿਲ ਜਾਣੀ ਆ, ਅਤੇ ਜੇ ਨਹੀਂ ਕੁਛ ਦਿੰਦਾ ਤਾਂ ਤੈਨੂੰ ਜਾਣਦੇ ਨਹੀਂ, ਦੂਰ ਹੋ ਕੇ ਬਹਿ ਜਾ ਚਾਹੇ ਮੁੜ ਜਾ। ਇੱਥੇ ਜੀ, ਇੱਥੇ ਪਰਮਾਤਮਾ ਦੇ 4 ਦਰਵਾਜ਼ੇ ਖੁੱਲ੍ਹੇ ਆ, ਕੋਈ ਕੋਈ ਮਰਜ਼ੀ ਆ ਜੇ, ਸਭ ਨੂੰ ਬਰਾਬਰ। ਤੁਸੀਂ ਵੀ ਜਾਂਦੇ ਹੋ? ਹਾਂਜੀ, ਆਪਣੀ ਫੈਮਿਲੀ, ਆਪਣੇ ਘਰ ਵਾਲੀ, ਮਤਲਬ ਉਹ ਰੋਜ਼ ਜਾਂਦੇ ਸਵੇਰੇ ਉੱਠ ਕੇ। ਹਾਂਜੀ, ਪਾਠ ਕਰਦੇ ਨੇ ਉਹ? ਹਾਂਜੀ, ਪਾਠ ਕਰਦੇ ਆ, ਲੜਕੀ ਆ ਉਹ ਪਾਠ ਕਰਦੀ ਆ। ਮੈਂ ਸੁਣ ਰਿਹਾ ਸੀਗਾ ਤੁਹਾਡੇ ਜਿਹੜਾ ਬੇਟਾ ਉਹ ਤਾਂ ਪੂਰਾ ਸਿੱਖੀ ਸਰੂਪ ਦੇ ਵਿੱਚ ਹੈ, ਪੱਗ ਵੀ ਬੰਨਦਾ? ਹਾਂਜੀ ਹਾਂਜੀ, ਪੱਗ ਬੰਨਦਾ ਜੀ ਉਹ। ਸ਼ੁਰੂ ਤੋਂ ਹੀ ਉਹਨੂੰ ਸਿੱਖੀ ਦੇ ਲੜਦਾ? ਸਿੱਖੀ ਸ਼ੁਰੂ ਤੋਂ ਜੀ, ਸਾਨੂੰ ਸ਼ੌਂਕ ਸੀ ਜੀ। ਹਾਂ, ਕੇਸ ਰੱਖਣ ਦਾ ਸ਼ੌਂਕ ਸੀ, ਜਦੋਂ ਇੱਥੇ ਆ ਕੇ ਦੇਖਿਆ ਅਸੀਂ ਕਿ ਸਿੱਖ ਸਰਦਾਰ ਦਾ ਮਤਲਬ ਕਿੰਨਾ ਰੋਹਬ ਆ, ਕਿੰਨਾ ਕੀ ਆ, ਸਾਨੂੰ ਸ਼ੌਂਕ ਸੀ ਅਸੀਂ ਮਤਲਬ ਨਿੱਕੇ ਹੁੰਦੇ ਜੀ। ਹਾਂ, ਕੇਸ ਰਖਾਤੇ ਸੀ, ਜਿਹਨੇ ਕੇਸ ਰੱਖੇ ਔਰ ਸਿੱਖੀ ਨੂੰ ਉਸੇ ਤਰੀਕੇ ਨਾਲ ਨਿਭਾਇਆ? ਹਾਂਜੀ ਹਾਂ ਹਾਂ ਹਾਂ, ਉਮਾ ਹੀ ਰਿਹਾ ਉਹਨੇ। ਤੁਸੀਂ ਵੀ ਆਪ ਵੀ ਜਾਂਦੇ ਹੋ ਗੁਰੂ ਘਰ ਜਾਂਦੇ ਹੋ? ਹਾਂਜੀ ਹਾਂਜੀ, ਗੁਰੂ ਘਰ ਜਾਂਦੇ ਹਾਂ ਜੀ। ਮਾਤਾ ਜੀ ਹੋਣੀ ਵੀ ਰੋਜ਼ ਜਾਂਦੇ ਹੈ? ਮੈਨੂੰ ਤਾਂ ਕਿਤੇ ਮਿਸ ਹੋ ਜਾਂਦਾ, ਮੈਂ ਤੁਹਾਨੂੰ ਕਹਿੰਦਾ ਮਾਸਿਆ ਪੁੰਨਿਆ ਜਾਂਦਾ, ਜੇ ਮਤਲਬ ਨਾ ਜਾਣਾ ਹੋਏ ਉਦਾਂ ਹੀ ਜਾਂਦਾ, ਪਰ ਲੇਕਿਨ ਉਹ ਜਾਂਦੇ, ਉਹ ਰੋਜ਼ ਜਾਂਦੇ ਸੁਬਹਾ 5 ਵਜੇ। ਉਹਨਾਂ ਨੇ ਆ ਕੇ ਮੈਨੂੰ ਗੁਰੂ ਘਰ ਜਾ ਕੇ ਫਿਰ ਆ ਕੇ ਮੈਨੂੰ ਚਾਹ ਦੇਣੀ ਹੈ ਕਿ ਮਤਲਬ ਟਾਈਮ, ਹਾਂ ਚਾਹ ਪੀਓ ਅਤੇ ਜਾਓ ਮੰਡੀ। ਹਾਂਜੀ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ, ਗੱਲਬਾਤ ਕਰਨ ਲਈ, ਚੰਗਾ ਲੱਗਿਆ ਤੁਹਾਨੂੰ ਮਿਲ ਕੇ। ਔਰ ਅਸੀਂ ਅਰਦਾਸ ਕਰਦੇ ਹਾਂ ਕਿ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਤਰੱਕੀ ਆਉਣ, ਜਿਹੜੀ ਤੁਸੀਂ ਆਪਣੀ ਮਿਹਨਤ ਦੇ ਨਾਲ, ਆਪਣੀ ਕਮਾਈ ਦੇ ਨਾਲ ਬੱਚਿਆਂ ਨੂੰ ਇੱਥੋਂ ਤੱਕ ਕਾਬਿਲ ਕੀਤਾ, ਇੱਥੋਂ ਤੱਕ ਪੜ੍ਹਾਇਆ ਲਿਖਾਇਆ, ਔਰ ਉਹ ਤੁਹਾਡਾ ਨਾਮ ਹੋਰ ਰੋਸ਼ਨ ਕਰਨ, ਔਰ ਤੁਸੀਂ ਇਸੇ ਤਰੀਕੇ ਦੇ ਨਾਲ ਆਪਣੀ ਸੋਹਣੀ ਜ਼ਿੰਦਗੀ ਬਤੀਤ ਕਰਦੇ ਰਹੋ। ਧੰਨਵਾਦ ਜੀ।